अज आपां बनाया जी बहुत ही चटपटा टेस्टी है करेले का अचार। हुण तुसीं सुन के कहोगे भी करेले का अचार यह कौड़ा होगा। आपां इहदे विच इहो जिहे मसाले इस्तेमाल करांगे कि जिहदे नाल इहदी कड़त्तण आ उह घट जूगी ते अचार बहुत ज़्यादा टेस्टी लगेगा। टेस्ट के नाल नाल इह तुहाडी सेहत नूं भी बहुत फायदे देगा। कई मसाले इहदे विच पैंदे आ ते कई मसाले जिहड़े आपां बाद च पाए वह तुसीं अगे वीडियो च देखो भी इहनूं आपां किस तरह तैयार कीता। हेलो फ्रेंड्स, सत श्री अकाल, नमस्ते, आदाब, राम राम, जय माता दी, कैसे हो, सत स्वागत है तुहाडा सारिआं दा मेरे चैनल रूप ब्लॉगर दे। तो फ्रेंड्स शुरू करदे आपां अज दी वीडियो। अज दी वीडियो जिहड़ी आ उह आपां लैके आए आ इक करेलियां ते। अज आपां बनावांगे करेलियां दा लाजवाब झटपटा जिहड़ा अचार। करेला नां सुण के कई ऐ नक मूंह जे होर तरह वटदे ने भी कौड़ा हुंदा है, पर इहदे विच फायदे बहुत हुंदे ने। शरीर दे जिहड़ी गंदगी आ उहनूं वी इह साफ करदा वा। शुगर दे पेशेंट वास्ते वी बहुत वधिया, कैंसर दे पेशेंट वास्ते वी बहुत वधिया, यानी कि बहुत ही फायदेमंद हुंदा। ते करेला जिहड़ा ज़्यादातर वधिया मिलदा है गर्मी दे विच ही, जिवें अजकल बरसातां दे मौसम दे विच वी जिहड़ा करेला बहुत देखो ऐं हरिया हरिया करेला दिखदा। सो इहो जिहे नरम नरम करेलियां दा अचार जिहड़ा बहुत ज़्यादा टेस्टी बनदा। दूजी गल है कि इह हुण अगले महीने जिहड़ा खत्म हो जाणा करेला, फिर जिन्हां नूं शुगर दी प्रॉब्लम आ चाहे जिहड़े करेले दे लवर ने ਉਹ ਤੁਸੀਂ ਇਹਨੂੰ ਸਟੋਰ ਕਰਕੇ ਚਾਰ ਬਣਾ ਕੇ ਜਿਹੜਾ ਰੱਖ ਸਕਦੇ ਹੋ। ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਕੱਢ ਕੇ ਖਾ ਸਕਦੇ ਹੋ। 6-8 ਮਹੀਨੇ ਬਿਲਕੁਲ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਤੇ ਬਣਦਾ ਵੀ ਬਹੁਤ ਟੇਸਟੀ ਹੈ। ਬੱਚੇ ਵੀ ਇਹਨੂੰ ਖਾ ਸਕਦੇ ਨੇ, ਜਿਵੇਂ ਚਟਪਟਾ ਬਣਦਾ ਵਾ ਅਤੇ ਸਿਆਣੇ ਵਾਸਤੇ ਵੀ ਵਧੀਆ ਹੈ। ਬਾਕੀ ਜਿਵੇਂ ਆਪਾਂ ਅੰਬ ਦਾ ਅਚਾਰ ਬਣਾਉਂਦੇ ਹਾਂ, ਕਿਉਂਕਿ ਅੰਬ ਜਿਹੜਾ ਉਹ ਵੀ ਸੀਜ਼ਨਲ ਆ, ਗਰਮੀ ਦੇ ਵਿੱਚ ਅੰਬ ਆਉਂਦਾ, ਉਦੋਂ ਆਪਾਂ ਉਹਨੂੰ ਸਟੋਰ ਕਰਨਾ ਹੁੰਦਾ ਵਾ। ਕਿੰਨਾ ਕੁ ਅੰਬ ਵੈਸੇ ਆਪਾਂ ਸਾਂਭ ਕੇ ਰੱਖਾਂਗੇ, ਅਚਾਰ ਦੇ ਰੂਪ ਦੇ ਵਿੱਚ ਉਹਨੂੰ ਆਪਾਂ ਸਟੋਰ ਕਰ ਲੈਂਦੇ, ਕਿਉਂਕਿ ਉਹ ਚੀਜ਼ ਖਤਮ ਹੋ ਜਾਣੀ ਆ। ਢੇਉ ਦਾ ਅਚਾਰ ਹੋ ਗਿਆ, ਅੰਬ ਦਾ ਅਚਾਰ ਹੋ ਗਿਆ, ਚਾਹੇ ਜਿਵੇਂ ਕਰੇਲਿਆਂ ਦਾ ਅਚਾਰ ਹੋ ਗਿਆ, ਕਟਹਲ ਦਾ ਅਚਾਰ ਹੋ ਗਿਆ, ਇਹ ਸੀਜ਼ਨਲ ਚੀਜ਼ਾਂ ਹੁੰਦੀਆਂ। ਇਹਨਾਂ ਨੂੰ ਸਟੋਰ ਕਰਨ ਵਾਸਤੇ ਹੀ ਜਿਹੜਾ ਇਹਦਾ ਅਚਾਰ ਬਣਾਇਆ ਜਾਂਦਾ। ਅਚਾਰ ਦਾ ਜਿਹੜਾ ਇਤਿਹਾਸ ਹੀ ਇਹੀ ਆ। ਦੂਜੀ ਗੱਲ ਇਹ ਆ, ਜਦੋਂ ਵੀ ਕੋਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਸਬਜ਼ੀ ਦੀ ਜਗ੍ਹਾ 'ਤੇ ਇਹ ਅਚਾਰ ਦੇ ਨਾਲ ਤੁਸੀਂ ਰੋਟੀ ਖਾ ਸਕਦੇ ਹੋ। ਤੁਸੀਂ ਕਿਸੇ ਅਚਾਰ ਵਾਲੀ ਦੁਕਾਨ ਦੇ ਵਿੱਚ ਜਾਓਗੇ ਤਾਂ ਉੱਥੇ ਵੰਨ ਸੁਵੰਨਾ ਅਚਾਰ ਤੁਹਾਨੂੰ ਮਿਲ ਜਾਂਦਾ। ਲਸਣ ਦਾ ਅਚਾਰ, ਅਦਰਕ ਦਾ, ਮਿਰਚ ਦਾ, ਕਈ ਪ੍ਰਕਾਰ ਦੇ ਜਿਹੜੇ ਅਚਾਰ ਮਿਲਦੇ ਆ। ਅਤੇ ਕਰੇਲੇ ਦਾ ਅਚਾਰ ਵੀ ਜਿਹੜਾ 2-3 ਪ੍ਰਕਾਰ ਦਾ ਮਿਲਦਾ ਵਾ। ਇਹਦੀ ਕਟਿੰਗ ਜਿਹੜੀ ਉਹ ਵੱਖਰੀ ਵੱਖਰੀ ਕੀਤੀ ਹੁੰਦੀ ਆ। ਇਹਦਾ ਭਰਮਾ ਕਰੇਲੇ ਦਾ ਅਚਾਰ ਵੀ ਬਣਦਾ ਵਾ ਅਤੇ ਕਟਿੰਗ ਕਰਕੇ ਵੀ ਬਣਦਾ। ਅੱਜ ਆਪਾਂ ਜਿਹੜਾ ਬਣਾਵਾਂਗੇ ਕਟਿੰਗ ਵਾਲਾ ਹੀ ਬਣਾਵਾਂਗੇ। ਅਤੇ ਇਹਨੂੰ ਆਪਾਂ ਕਿਹੜੇ ਕਿਹੜੇ ਮਸਾਲੇ ਪਾਉਣੇ ਆ ਕਿ ਇਹ ਕੌੜਾ ਨਾ ਲੱਗੇ, ਅਤੇ ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਉਣੇ ਕਿ ਜਿਹਦੇ ਨਾਲ ਇਹ ਜ਼ਿਆਦਾ ਕੌੜਾ ਹੋ ਜਾਂਦਾ, ਸੋ ਉਹ ਅੱਗੇ ਤੁਹਾਨੂੰ ਵੀਡੀਓ 'ਚ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ 1/2 ਕਿਲੋ ਆਪਾਂ ਕਰੇਲੇ ਲਏ ਆ। ਤੁਸੀਂ ਵੱਡੇ ਵੀ ਲੈ ਸਕਦੇ ਹੋ, ਇੱਦਾਂ ਦੇ ਤੁਸੀਂ ਦੇਸੀ ਜਿਹੜੇ ਕਰੇਲੇ ਆ ਛੋਟੇ ਉਹ ਵੀ ਲੈ ਸਕਦੇ ਹੋ। ਮੇਰੇ ਤੋਂ ਦੋਵਾਂ ਤਰ੍ਹਾਂ ਦੇ ਕਰੇਲੇ ਆ, ਕੁਛ ਸਾਡੇ ਘਰ ਦੇ ਆ, ਕੁਛ ਆਪਾਂ ਮਾਰਕੀਟ ਤੋਂ ਲੈ ਕੇ ਆਏ ਹਾਂ। ਕੋਈ ਵੀ ਕਰੇਲੇ ਤੁਸੀਂ ਲੈਣੇ, ਇੰਨਾ ਤੁਹਾਨੂੰ ਹੋਣਾ ਚਾਹੀਦਾ ਜਿਹੜਾ ਅਚਾਰ ਬਣਾਉਣਾ, ਉਹ ਕਰੇਲਾ ਜਿਹੜਾ ਫਰੈਸ਼ ਹੋਣਾ ਚਾਹੀਦਾ ਅਤੇ ਤਾਜ਼ਾ ਹੋਣਾ ਚਾਹੀਦਾ। ਬਿਲਕੁਲ ਉਹ ਜਿਵੇਂ ਮੁਰਝਾਇਆ ਜਾਂਦਾ ਉਹ ਜਿਹਾ ਨਹੀਂ ਹੋਣਾ ਚਾਹੀਦਾ, ਅਚਾਰ ਉਹਨਾਂ ਟੇਸਟੀ ਨਹੀਂ ਬਣਦਾ। ਸੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਅਤੇ ਇਹਨਾਂ ਦੀ ਆਪਾਂ ਕਰਾਂਗੇ ਕਟਿੰਗ। ਕਟਿੰਗ ਵਾਸਤੇ ਸਭ ਤੋਂ ਪਹਿਲਾਂ ਆਪਾਂ ਅਗਲਾ ਪਿਛਲਾ ਜਿਹੜਾ ਇਹਦਾ ਹਿੱਸਾ ਇਹ ਕੱਟ ਦਾਂਗੇ। ਜਿਵੇਂ ਸਬਜ਼ੀ ਬਣਾਉਣ ਲੱਗੇ ਆਪਾਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਚੀਜ਼ ਨਹੀਂ ਤੁਸੀਂ ਕੱਟਣੀ, ਅਚਾਰ ਬਣਾਉਣ ਲੱਗੇ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਕੱਟ ਦੇਣਾ ਅਤੇ ਫਿਰ ਇਹਦੇ ਆਪਾਂ ਇੱਦਾਂ ਗੋਲ ਗੋਲ ਪੀਸ ਕੱਟ ਲੈਣੇ। ਵੈਸੇ ਜਿਹੜਾ ਭਰਮਾ ਕਰੇਲਾ ਉਹ ਵੀ ਅਚਾਰ ਬਹੁਤ ਟੇਸਟੀ ਬਣਦਾ ਵਾ, ਪਰ ਇੰਨਾ ਵਾ ਵੀ ਇਹ ਥੋੜ੍ਹਾ ਜਿਹਾ, ਜਿਵੇਂ ਤੁਹਾਨੂੰ ਪਤਾ ਇਹਦਾ ਸੁਭਾਅ ਹੀ ਆ ਕੜੱਤਣ ਵਾਲਾ, ਇਹਨੇ ਥੋੜ੍ਹਾ ਜਿਹਾ ਕਸੈਲਾਪਣ ਕੌੜਾ ਪਾਣੀ 'ਚ ਆਉਣਾ ਹੀ ਆ, ਅਤੇ ਇੰਨਾ ਕਰੇਲਾ ਜਿਹੜਾ ਵਾ ਉਹ ਖਾਧਾ ਨਹੀਂ ਜਾਂਦਾ। ਇੱਦਾਂ ਦੇ ਆਪਾਂ 1-2 ਪੀਸ ਲੈ ਕੇ ਉਹ ਆਰਾਮ ਨਾਲ ਖਾ ਸਕਦੇ ਹਾਂ, ਚਾਹੇ ਇਹਨੂੰ ਲੰਬਾ ਕੱਟ ਲਓ, ਚਾਹੇ ਤੁਸੀਂ ਗੋਲ ਕੱਟ ਲਓ। ਬਾਕੀ ਤੁਸੀਂ ਦੇਖ ਸਕਦੇ ਹੋ ਐਡੇ ਕਰੇਲੇ ਦੇ ਵਿੱਚ ਦੇਖੋ ਬੀ ਬਿਲਕੁਲ ਨਰਮ ਆ, ਆਪਾਂ ਇਹਨੂੰ ਨਹੀਂ ਕੱਢ ਰਹੇ। ਜੇ ਤੁਹਾਡੇ ਕੋਲ ਕਰੇਲੇ ਥੋੜ੍ਹੇ ਪੱਕੇ ਨੇ, ਬੀ ਉਹਨਾਂ ਦੇ ਵਿੱਚ ਜਿਹੜੇ ਸਖਤ ਨੇ ਉਹ ਤੁਸੀਂ ਕੱਢ ਦਿਓ, ਅਦਰਵਾਈਜ਼ ਤੁਸੀਂ ਉਹਨੂੰ ਕਰੇਲੇ ਨੂੰ ਵੀ ਬਿਲਕੁਲ ਅਚਾਰ ਦੇ ਵਿੱਚ ਪਾਉਣਾ ਨਹੀਂ ਹੈ। ਜੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਉਹ ਸਾਰੀ ਚੀਜ਼ ਵਿੱਚੋਂ ਕੱਢ ਕੇ ਅਤੇ ਫਿਰ ਇਕੱਲੇ ਛਿਲਕੇ ਦਾ ਅਚਾਰ ਬਣਾ ਸਕਦੇ ਹੋ। ਇਹਦੇ ਵਿੱਚ ਇੱਕ ਇਹ ਵੀ ਆ ਵੀ ਆਪਾਂ ਸਬਜ਼ੀ ਬਣਾਉਣ ਟਾਈਮ ਕਰੇਲੇ ਨੂੰ ਛਿੱਲ ਕੇ ਇਹਦੇ ਛਿਲਕੇ ਲਾ ਦਿੰਦੇ ਹਾਂ, ਪਰ ਕਰੇਲੇ ਨਾਲੋਂ ਛਿਲਕੇ ਦੇ ਵਿੱਚ ਜ਼ਿਆਦਾ ਜਿਹੜੇ ਬੈਨੀਫਿਟ ਹੁੰਦੇ ਆ, ਅਤੇ ਆਪਾਂ ਅਚਾਰ ਦੇ ਵਿੱਚ ਜਿਹੜੇ ਇਹਦੇ ਛਿਲਕੇ ਦਾ ਵੀ ਇਸਤੇਮਾਲ ਨਾਲ ਹੀ ਕਰਾਂਗੇ। ਸੋ ਇਸੇ ਤਰ੍ਹਾਂ ਆਪਾਂ ਸਾਰੇ ਕੱਟ ਲੈਂਦੇ ਹਾਂ। ਜੇ ਤੁਸੀਂ ਗੋਲ ਨਹੀਂ ਕੱਟਣੇ ਤੇ ਤੁਸੀਂ ਇਹਦੇ ਜਿਵੇਂ 2 ਹਿੱਸੇ ਕਰਕੇ ਦੀਦੀਆਂ ਫਾੜੀਆਂ ਵੀ ਬਣਾ ਸਕਦੇ ਹੋ, ਉਹਦੇ ਨਾਲ ਤੁਹਾਨੂੰ ਫੀਲਿੰਗ ਪੂਰੀ ਆਊਗੀ ਵੀ ਜਿਵੇਂ ਤੁਸੀਂ ਕਰੇਲੇ ਦੀ ਸਬਜ਼ੀ ਜਿਵੇਂ ਆਪਾਂ ਕੱਟ ਕੇ ਬਣਾਉਂਦੇ ਨਾ ਲੰਬੇ ਲੰਬੇ, ਤਾਂ ਉਦਾਂ ਵੀ ਤੁਸੀਂ ਖਾ ਸਕਦੇ ਹੋ। ਇਹ ਬੀਜ ਜਿਹੜੇ ਸਾਰੇ ਨਰਮ ਨੇ, ਇਹ ਦੇਖੋ ਐਡਿਡ ਪੀਸ ਵੀ ਕਰ ਸਕਦੇ ਹੋ ਤੁਸੀਂ, ਇੱਦਾਂ ਵੀ ਅਚਾਰ ਬਣਾ ਸਕਦੇ ਹੋ ਅਤੇ ਤੁਸੀਂ ਗੋਲ ਵੀ ਅਚਾਰ ਬਣਾ ਸਕਦੇ ਹੋ, ਪਰ ਮੈਨੂੰ ਵੇਖਣ ਨੂੰ ਆਹ ਸੋਹਣਾ ਲੱਗਦਾ। ਸੋ ਇਸ ਕਰਕੇ ਅਸੀਂ ਜਿਹੜਾ ਗੋਲ ਹੀ ਇਹਦੇ ਸਾਰੇ ਪੀਸ ਕਰਾਂਗੇ ਅਤੇ ਉਹਨਾਂ ਦੀ ਸਾਰਿਆਂ ਦੀ ਆਪਾਂ ਕਟਿੰਗ ਕਰ ਲੈਣੀ। ਹੁਣ
ਇਹਨਾਂ ਦੀ ਆਪਾਂ ਸਾਰਿਆਂ ਦੀ ਕਟਿੰਗ ਕਰਤੀ ਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਬਾਕੀ ਤਰੀਕੇ ਚਾਰ ਬਣਾਉਂਦੇ ਨਾ ਆਪੋ ਆਪਣੇ ਹੁੰਦੇ ਆ, ਕੋਈ ਇਹਨੂੰ ਪਹਿਲਾਂ ਵਾਸ਼ ਕਰਦਾ, ਕੋਈ ਇਹਨੂੰ ਨਮਕ ਦੇ ਵਿੱਚ ਡਿਪ ਕਰਕੇ ਬਾਅਦ ਦੇ ਵਿੱਚ ਉਸ ਤਰ੍ਹਾਂ ਹੀ ਚਾਰ ਬਣਾਉਂਦਾ, ਕੋਈ ਇਹਨੂੰ ਨਮਕ ਦੇ ਵਿੱਚ ਡਿਪ ਕਰਕੇ ਬਾਅਦ ਦੇ ਵਿੱਚ ਇਹਨੂੰ ਫਿਰ ਵਾਸ਼ ਕਰਕੇ ਚਾਰ ਬਣਾਉਂਦਾ, ਕੋਈ ਫਰਾਈ ਕਰਕੇ ਚਾਰ ਬਣਾਉਂਦਾ, ਕੋਈ ਕੱਚਾ ਤੇਲ ਪਾਉਂਦਾ, ਕੋਈ ਕਿਸ ਤਰ੍ਹਾਂ ਆਪੋ ਆਪਣੇ ਯਾਨੀ ਕਿ ਤਰੀਕੇ ਆ ਤੇ ਆਪਾਂ ਆਪਣਾ ਤਰੀਕਾ ਤੁਹਾਨੂੰ ਦੱਸਣ ਲੱਗੇ। ਹੁਣ ਸਾਰੀ ਕਟਿੰਗ ਹੋ ਗਈ ਆ ਤੇ ਹੁਣ ਇੱਕ ਬਾਲ ਦੇ ਵਿੱਚ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਪਾ ਲੈਂਦੇ। ਤੇ ਹੁਣ ਇਹਦੇ ਉੱਤੇ ਆਪਾਂ ਨਮਕ ਪਾ ਕੇ ਰੱਖ ਦਿੰਦੇ ਹਾਂ, ਇੱਕ ਡੇਢ ਚਮਚ ਇਹਦੇ ਉੱਤੇ ਆਪਾਂ ਨਮਕ ਪਾ ਦੇਣਾ। ਜਿਵੇਂ ਕਿ ਆਪਾਂ ਸਬਜ਼ੀ ਬਣਾਉਣ ਲੱਗੇ ਹਾਂ ਕਰੇਲਿਆਂ ਨੂੰ ਨਮਕ ਲਾ ਕੇ ਰੱਖਦੇ ਹਾਂ, ਉਸੇ ਤਰ੍ਹਾਂ ਇਹਨਾਂ ਨੂੰ ਆਪਾਂ ਨਮਕ ਲਾ ਕੇ 1 ਘੰਟਾ ਰੱਖ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਕੌੜਾ ਜੂਸ ਆ ਉਹ ਨਿਕਲ ਜੂਗਾ, ਫਿਰ ਜਿਹੜਾ ਕਰੇਲਾ ਵਾ ਉਹ ਘੱਟ ਕੌੜਾ ਹੋ ਜੂਗਾ। ਸੋ ਇਹਨੂੰ ਆਪਾਂ ਇੱਦਾਂ 1 ਘੰਟਾ ਢੱਕ ਕੇ ਰੱਖ ਦਿੰਦੇ ਹਾਂ ਅਤੇ ਫਿਰ ਤੁਸੀਂ ਵੇਖੋਗੇ ਬਾਅਦ 'ਚ ਵੀ ਇਹਨਾਂ ਨੇ ਪਾਣੀ ਜਿਹੜਾ ਵਾ ਬਿਲਕੁਲ ਜਿਹੜਾ ਜੂਸ ਆ ਉਹ ਛੱਡ ਦੇਣਾ। ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕੀ ਕਰਨਾ ਉਹ ਆਪਾਂ ਤੁਹਾਨੂੰ ਦੱਸਾਂ। ਇਹਨੂੰ ਆਪਾਂ ਧੁੱਪੇ ਰੱਖ ਦਿੰਦੇ ਤੇ ਦੇਖੋ ਜੀ 1 ਘੰਟਾ ਹੋ ਗਿਆ ਪਿਆ, ਕਰੇਲਿਆਂ ਨੂੰ ਕੁਛ ਨਰਮ ਵੀ ਹੋ ਚੁੱਕੇ ਆ ਤੇ ਦੇਖੋ ਜਿਹੜਾ ਪਾਣੀ ਵੀ ਨਿਕਲ ਗਿਆ ਇਹਦੇ ਵਿੱਚੋਂ। ਹੁਣ ਕਈ ਲੋਕ ਕੀ ਕਰਦੇ ਨੇ ਇੱਥੇ ਵੀ ਇਹਨੂੰ ਪਾਣੀ ਨੂੰ ਵਿੱਚੇ ਰਹਿਣ ਦਿੰਦੇ ਨੇ ਤੇ ਬਾਅਦ ਦੇ ਵਿੱਚ ਮਸਾਲੇ ਵਗੈਰਾ ਪਾ ਕੇ ਤੇ ਇਹਦਾ ਚਾਰ ਬਣਾ ਲੈਂਦੇ, ਯਾਨੀ ਕਿ ਪੂਰੇ ਬੈਨੀਫਿਟ ਲੈਂਦੇ ਨੇ ਕਰੇਲੇ ਦੇ। ਇਹ ਜਿਹੜਾ ਵੇਸਟ ਪਾਣੀ ਆਪਾਂ ਕੱਢਿਆ ਇਹ ਫਾਲਤੂ ਪਾਣੀ ਨਹੀਂ ਹੈ, ਬਹੁਤ ਗੁਣ ਨੇ ਇਹਦੇ ਵਿੱਚ। ਜੇ ਤੁਸੀਂ ਇਹਨੂੰ ਕੱਢ ਕੇ ਰੱਖ ਕੇ ਤੇ ਇਹਦੇ ਵਿੱਚ ਹੋਰ ਪਾਣੀ ਮਿਲਾ ਕੇ ਤੁਸੀਂ ਪੀ ਵੀ ਸਕਦੇ ਹੋ, ਬਹੁਤ ਫਾਇਦੇਮੰਦ ਹੁੰਦਾ। ਤੇ ਆਪਾਂ ਇਹਨੂੰ ਵਾਸ਼ ਕਰ ਲਾਂਗੇ ਕਿਉਂਕਿ ਆਪਾਂ ਇਹਨੂੰ ਇੱਕ ਚਾਰ ਦੀ ਤਰ੍ਹਾਂ ਦੇ ਵੈਸੇ ਚਟਪਟਾ ਬਣਾ ਰਹੇ ਹੋ। ਜੇ ਤੁਸੀਂ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਆ ਜਾਂ ਕਿਸੇ ਪ੍ਰੋਬਲਮ ਵਾਸਤੇ ਤੁਸੀਂ ਕਰੇਲੇ ਦਾ ਚਾਰ ਬਣਾ ਰਹੇ ਹੋ ਤਾਂ ਫਿਰ ਤੁਸੀਂ ਇਹ ਪਾਣੀ ਜਿਹੜਾ ਉਹ ਕੱਢਿਓ ਨਾ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਂਦੇ ਜਿਵੇਂ ਆਪਾਂ ਸਬਜ਼ੀ ਬਣਾਉਣ ਲੱਗੇ ਕਰਦੇ। ਬਾਕੀ ਇੱਥੇ ਕਈ ਕਮੈਂਟ ਕਰਨਗੇ ਕਿ ਮੈਡਮ ਤੁਸੀਂ ਜਿਹੜੇ ਇਹਦੇ ਤੱਤ ਸੀ ਉਹ ਕੱਢ ਦਿੱਤੇ, ਇਹਦੇ ਵਿੱਚ ਵਾਕਈ ਅੱਧੇ ਤੱਤ ਜਿਹੜੇ ਨਿਕਲ ਜਾਂਦੇ ਇੱਦਾਂ ਵਾਸ਼ ਕਰਕੇ, ਬਾਕੀ ਤੁਸੀਂ ਨਹੀਂ ਕੱਢਨੇ ਤੇ ਤੁਸੀਂ ਬਿਨਾਂ ਧੋਤੇ ਦੇ ਵੀ ਇਹਨੂੰ ਬਣਾ ਸਕਦੇ ਹੋ। ਕਿਉਂਕਿ ਅਸੀਂ ਜਿਹੜੀ ਚੀਜ਼ ਬਣਾਉਣੀ ਹੁੰਦੀ ਹੈ ਅਸੀਂ ਬੱਚਿਆਂ ਨੇ ਜ਼ਰੂਰ ਖਵਾਉਣੀ ਹੁੰਦੀ ਹੈ, ਉਹਨਾਂ ਦੇ ਅਕੋਰਡਿੰਗ ਅਸੀਂ ਬਣਾਉਂਦੇ ਹਾਂ ਕਿ ਚਲੋ ਖਾਣ 'ਚ ਸਹੀ, ਇੱਦਾਂ ਥੋੜ੍ਹਾ ਜਿਹਾ ਕੌੜਾਪਣ ਜਿਹੜਾ ਘੱਟ ਜਾਂਦਾ। ਹੁਣ ਕਰੇਲੇ ਆਪਣੇ ਜਿਹੜੇ ਚੰਗੀ ਤਰ੍ਹਾਂ ਨੁਚੜ ਚੁੱਕੇ ਨੇ ਤੇ ਆਪਾਂ ਇੱਦਾਂ ਕੋਈ ਕੱਪੜਾ ਕਾਟਨ ਦਾ ਚਾਹੇ ਕੋਈ ਤੌਲੀਆ ਚਾਹੇ ਇੱਦਾਂ ਪੋਣਾ ਤੁਸੀਂ ਵਿਛਾ ਕੇ ਤੇ ਇੱਥੇ ਸਾਰੇ ਜਿਹੜੇ ਟੁਕੜੇ ਉਹ ਰੱਖ ਦਾਂਗੇ ਆਪਾਂ। ਅਤੇ ਇਹਨਾਂ ਨੂੰ ਆਪਾਂ ਪਤਲੇ ਪਤਲੇ ਸਾਰੇ ਐਂ ਵਿਛਾ ਦੇਣੇ, ਜਾਣੀ ਕਿ ਵਿਰਲੇ ਕਰ ਦਾਂਗੇ ਅਤੇ ਇਹਨਾਂ ਨੂੰ ਰੱਖ ਦਾਂਗੇ ਆਪਾਂ 1 ਘੰਟਾ ਧੁੱਪੇ। ਜੇ ਤੁਹਾਡੇ ਕੋਲ ਧੁੱਪ ਹੈਗੀ ਹੈ ਤਾਂ ਤੁਸੀਂ ਧੁੱਪੇ ਰੱਖ ਦਿਓ, ਨਹੀਂ ਤਾਂ ਤੁਸੀਂ 1 ਘੰਟਾ ਪੱਖੇ ਥੱਲੇ ਵੀ ਰੱਖ ਸਕਦੇ ਹੋ। ਯਾਨੀ ਇਹਨਾਂ ਦਾ ਚੰਗੀ ਤਰ੍ਹਾਂ ਆਪਾਂ ਪਾਣੀ ਸੁਕਾਉਣਾ, ਕਿਉਂਕਿ ਚਾਰ ਕੋਈ ਵੀ ਉਹਦੇ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ, ਤਾਂ ਹੀ ਉਹ ਜਿਹੜਾ ਲੰਬੇ ਟਾਈਮ ਤੱਕ ਚੱਲਦਾ ਵਾ। ਸੋ ਇਹਦਾ ਆਪਾਂ ਜਿਹੜਾ ਪਾਣੀ ਇਹਨੂੰ ਚੰਗੀ ਤਰ੍ਹਾਂ ਸੁਕਾਵਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਚਾਰ ਬਣਾਵਾਂਗੇ। ਅਤੇ ਕੋਟਨ ਦਾ ਕੱਪੜਾ ਚਾਹੇ ਮੋਟਾ ਕੱਪੜਾ ਤਾਂ ਹੀ ਥੱਲੇ ਵਿਛਾਉਣਾ ਪੈਂਦਾ ਕਿ ਕੁਛ ਪਾਣੀ ਜਿਹੜਾ ਥੱਲੇ ਚੂਸਿਆ ਜਾਂਦਾ, ਜਿਵੇਂ ਇਹ ਕੋਟਨ ਦਾ ਇਹਨੇ ਪਾਣੀ ਚੂਸ ਲੈਣਾ ਅਤੇ ਕੁਛ ਇਹਨੂੰ ਆਪਾਂ ਧੁੱਪੇ ਰੱਖ ਦਿੰਦੇ ਹਾਂ। ਹੁਣ ਇਹਨੂੰ ਆਪਾਂ ਧੁੱਪੇ ਰੱਖ ਦਿੰਦੇ ਹਾਂ, ਜਦੋਂ ਇਹ ਸੁੱਕਦੇ ਆ ਫਿਰ ਇਹਦਾ ਅਗਲਾ ਪ੍ਰੋਸੈਸ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਹੜੇ ਮਸਾਲੇ ਆਪਾਂ ਪਾਉਣੇ ਆ ਕਿ ਇਹ ਕੌੜਾ ਨਾ ਬਣੇ ਅਤੇ ਕਿਹੜੇ ਮਸਾਲੇ ਪਾਉਣੇ ਆ ਵੀ ਇਹ ਵਧੀਆ ਟੇਸਟੀ ਬਣੇ, ਕਿਉਂਕਿ ਕਈ ਮਸਾਲੇ ਪਾਉਣ ਦੇ ਨਾਲ ਜਿਹੜਾ ਚਾਰ ਆ ਉਹ ਕੌੜਾ ਬਣਦਾ। ਅਤੇ ਹੁਣ ਆ ਚੁੱਕੇ ਜੀ ਆਪਾਂ ਰਸੋਈ ਦੇ ਵਿੱਚ, ਕਰੇਲੇ ਆਪਾਂ ਲੈ ਆਏ ਸੀਗੇ ਅਤੇ ਤੁਸੀਂ ਦੇਖ ਸਕਦੇ ਹੋ ਕਰੇਲੇ ਜਿਹੜੇ ਬਿਲਕੁਲ ਸੁੱਕ ਚੁੱਕੇ ਆ ਅਤੇ ਇਹਨਾਂ ਦੇ ਵਿੱਚ ਹੁਣ ਨਮੀ ਬਹੁਤ ਘੱਟ ਗਈ ਆ। ਇਹ ਦੇਖੋ ਤੁਸੀਂ ਦੇਖ ਸਕਦੇ ਬਿਲਕੁਲ ਐਂ ਡਰਾਈ ਹੋ ਚੁੱਕੇ ਆ ਅਤੇ ਇਹਨਾਂ ਨੂੰ ਆਪਾਂ ਕਰ ਲੈਂਦੇ ਇਕੱਠੇ, ਕਿਉਂਕਿ ਮੈਨੂੰ ਥੋੜ੍ਹਾ ਜਿਹਾ 1/2 ਘੰਟਾ ਵੱਧ ਲੱਗ ਗਿਆ ਸੀਗਾ, ਮੈਂ ਕਿਸੇ ਕੰਮ 'ਚ ਲੱਗ ਗਈ ਅਤੇ 1.5 ਘੰਟਾ ਧੁੱਪੇ ਰੱਖੇ ਹੋ ਗਏ। ਜ਼ਿਆਦਾ ਵੀ ਇਹਨੂੰ ਧੁੱਪ ਨਹੀਂ ਲਵਾਉਣੀ, ਮੁੜ ਕੇ ਚੀੜੇ ਜਿਹੇ ਹੋ ਜਾਣਗੇ। ਅਤੇ ਇਹ ਲਏ ਜੀ ਆਪਾਂ ਕੁਝ ਮਸਾਲੇ, ਇਹ ਕਿੰਨੀ ਕੁਆਂਟਿਟੀ 'ਚ ਲਏ ਇਹ ਆਪਾਂ ਤੁਹਾਨੂੰ ਨਾਲ ਨਾਲ ਦੱਸੀ ਜਾਵਾਂਗੇ। ਅਤੇ ਹੁਣ ਆਪਾਂ ਫਰਾਈ ਪੈਨ ਰੱਖ ਲਿਆ ਗੈਸ 'ਤੇ ਅਤੇ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ 2 ਵੱਡੇ ਚਮਚ ਰਾਈ, ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਵੀ ਕਿਹੜਾ ਮਸਾਲਾ ਵਿੱਚ ਨਹੀਂ ਪਾਉਣਾ, ਕਿਹੜਾ ਮਸਾਲਾ ਪਾਉਣਾ ਆਪਾਂ ਤੁਹਾਨੂੰ ਦੱਸਾਂਗੇ। ਉਹ ਇਹੀ ਹੈ ਵੀ ਰਾਈ ਤੁਸੀਂ ਵੇਖ ਸਕਦੇ ਹੋ ਜਿਹੜੀ ਆਪਾਂ ਬਰੀਕ ਵਾਲੀ ਰਾਈ ਲਈ ਆ, ਜਿਹੜੀ ਮੋਟੀ ਰਾਈ ਆ ਉਹ ਨਹੀਂ ਤੁਸੀਂ ਇਹਦੇ ਵਿੱਚ ਪਾਉਣੀ, ਪੀਲੀ ਰਾਈ ਵੀ ਨਹੀਂ ਇਹਦੇ ਵਿੱਚ ਪਾਉਣੀ, ਤੁਸੀਂ ਸਿਰਫ ਪਾਉਣੀ ਆ ਜੀ ਇਹ ਵਾਲੀ ਬਰੀਕ ਵਾਲੀ ਰਾਈ। ਅਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਰੋਸਟ ਕਰਦੇ ਹਾਂ, ਥੋੜ੍ਹਾ ਜਿਹਾ ਇਹਨੂੰ ਆਪਾਂ ਜਿਹੜਾ ਵਾ ਸੇਕ ਲਵਾਉਣਾ ਵਾ ਵੀ ਜੇ ਇਹਦੇ ਵਿੱਚ ਥੋੜ੍ਹੀ ਜਿਹੀ ਨਮੀ ਆ ਅਤੇ ਉਹ ਜਿਹੜੀ ਸੁੱਕ ਜੇ। ਇਹ ਜਿਹੜੇ ਮਸਾਲੇ ਭੁੰਨਣ ਦਾ ਰਾਜ ਇਹੀ ਹੁੰਦਾ ਵਾ ਵੀ ਕੋਈ ਨਮੀ ਜਿਹੜੀ ਰਹਿ ਗਈ ਆ ਉਹ ਜਿਹੜੀ ਸੁੱਕ ਜੇ, ਜੇ ਨਮੀ ਰਹਿ ਜਾਂਦੀ ਮਸਾਲਿਆਂ 'ਚ ਤਾਂ ਫਿਰ ਚਾਰ ਜਿਹੜਾ ਉਹ ਖਰਾਬ ਹੋ ਜਾਂਦਾ। ਅਤੇ ਰਾਈ ਜਿਹੜੀ ਭੁੱਜ ਚੁੱਕੀ ਇਹਨੂੰ ਆਪਾਂ ਇੱਦਾਂ ਜੱਗ ਦੇ ਵਿੱਚ ਪਾ ਦੇਣਾ ਅਤੇ ਇਹਨੂੰ ਵੱਖਰਾ ਆਪਾਂ ਪੀਸਣਾ ਵਾ, ਇਹਨੂੰ ਥੋੜ੍ਹਾ ਜਿਹਾ ਜ਼ਿਆਦਾ ਪੀਸਣਾ ਯਾਨੀ ਕਿ ਬਰੀਕ ਕਰਨਾ, ਤਾਂ ਕਰਕੇ ਆਪਾਂ ਸਾਰੇ ਮਸਾਲੇ ਦੇ ਨਾਲ ਨਹੀਂ ਪਾਏ ਅਤੇ ਜਿਹੜੇ ਦੂਸਰੇ ਮਸਾਲੇ ਉਹਨਾਂ ਨੂੰ ਆਪਾਂ ਦਰਦਰਾ ਪੀਸਣਾ। ਦੂਸਰੇ ਮਸਾਲੇ ਜਿਹੜੇ ਲਏ ਆਪਾਂ 2 ਚਮਚ ਲਿਆ ਸੁੱਕਾ ਧਨੀਆ, 1 ਚਮਚ ਲਿਆ ਆਪਾਂ ਜੀਰਾ, 2 ਚਮਚ ਆਪਾਂ ਪਾਈਏ ਇਹਦੇ ਵਿੱਚ ਸੌਂਫ, ਬਰੀਕ ਵਾਲੀ ਤੁਸੀਂ ਮੋਟੀ ਵੀ ਪਾ ਸਕਦੇ ਹੋ ਕਿਉਂਕਿ ਸੌਂਫ ਦਾ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ, ਅਤੇ ਥੋੜ੍ਹੀਆਂ ਜੀ ਇਹਨੂੰ ਤਿੱਖਾਪਣ ਦੇਣ ਵਾਸਤੇ ਪਾਈਆਂ ਆਪਾਂ ਕਾਲੀਆਂ ਮਿਰਚਾਂ ਅਤੇ ਇਹਨਾਂ ਨੂੰ ਆਪਾਂ ਭੁੰਨ ਲੈਂਦੇ ਹਾਂ।
ਭੁੰਨਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ। ਜੇ ਧੁੱਪ ਹੈਗੀ ਹੈ ਤਾਂ ਤੁਸੀਂ ਮਸਾਲਿਆਂ ਨੂੰ ਧੁੱਪੇ ਵੀ ਰੱਖ ਸਕਦੇ ਹੋ ਇਹ ਤੇ, ਜੇ ਧੁੱਪ ਨਹੀਂ ਹੈ ਚਾਹੇ ਜਿਵੇਂ ਜਲਦੀ ਹੈ ਤਾਂ ਫਿਰ ਆਪਾਂ ਇਹਨਾਂ ਨੂੰ ਭੁੰਨ ਕੇ ਇਹਨਾਂ ਦੀ ਨਮੀ ਖਤਮ ਕਰ ਦਿੰਦੇ। ਮਸਾਲਿਆਂ ਦੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ, ਯਾਨੀ ਕਿ ਰੋਸਟ ਹੋ ਚੁੱਕੇ ਨੇ। ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਰੋਸਟ ਕਰਨਾ, ਨਹੀਂ ਤੇ ਮਸਾਲਿਆਂ ਦਾ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਕਰਕੇ ਥੋੜ੍ਹੇ ਜਿਹੇ ਆਪਾਂ ਰੋਸਟ ਕਰਨੇ ਹੈ ਅਤੇ ਗੈਸ ਕਰ ਦਿੰਦੇ ਹਾਂ ਬੰਦ, ਅਤੇ ਇਹਨਾਂ ਨੂੰ ਆਪਾਂ ਠੰਡਾ ਹੋਣ ਦਿੰਦੇ ਹਾਂ ਅਤੇ ਉਹਨਾਂ 'ਚ ਰਾਈ ਜਿਹੜੀ ਹੈ ਉਹਨੂੰ ਆਪਾਂ ਪੀਸ ਲੈਂਦੇ ਹਾਂ। ਅਤੇ ਰਾਈ ਆਪਾਂ ਪੀਸ ਲਈ ਹੈ ਜੀ। ਹੁਣ ਜਿਹੜੇ ਬਾਕੀ ਦੇ ਬਚੇ ਮਸਾਲੇ ਇਹਨਾਂ ਨੂੰ ਆਪਾਂ ਦਰਦਰੇ ਪੀਸਣਾ, ਅਤੇ ਉਸੇ ਫਰਾਈ ਪੈਨ 'ਚ ਆਪਾਂ ਤੇਲ ਜਿਹੜਾ ਸਰ੍ਹੋਂ ਦਾ ਇੱਕ ਕੌਲੀ ਗਰਮ ਕਰ ਲਿਆ ਅਤੇ ਇਹਨੂੰ ਕਰ ਦਿੰਦੇ ਹਾਂ ਬੰਦ। ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਅਤੇ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ। ਇਹਦੇ ਨਾਲ ਟੇਸਟ ਜਿਹੜਾ ਵਧੀਆ ਆਉਂਦਾ ਚਾਰ ਦਾ। ਅਤੇ ਇਹਦੇ ਗੈਸ ਬੰਦ ਕਰਨ ਤੋਂ ਬਾਅਦ 'ਚ ਆਪਾਂ ਜਿਹੜਾ ਤੇਲ ਨੂੰ ਠੰਡਾ ਕਰਾਂਗੇ। ਹੁਣ ਕਰੇਲੇ ਆਪਾਂ ਇੱਦਾਂ ਇੱਕ ਬੋਲ ਦੇ ਵਿੱਚ ਪਾ ਲਏ ਆ ਅਤੇ ਇਹਦੇ ਉੱਤੇ ਆਪਾਂ ਇਹ ਪਾ ਦਾਂਗੇ ਜਿਹੜੀ ਕੁੱਟੀ ਪੀਸੀ ਹੋਈ ਰਾਈ, ਅਤੇ ਨਾਲ ਆਪਾਂ ਇੱਕ ਚਮਚ ਇਹਦੇ ਉੱਤੇ ਪਾ ਦਾਂਗੇ ਕਲੌਂਜੀ ਦਾ, ਲਾਲ ਮਿਰਚ ਪਾਊਡਰ 2 ਚਮਚ, ਹਲਦੀ ਪਾਊਡਰ 1 ਚਮਚ, 1 ਚਮਚ ਕੁੱਟੀ ਹੋਈ ਲਾਲ ਮਿਰਚ, ਅਤੇ ਨਮਕ ਪਾਵਾਂਗੇ ਆਪਾਂ। ਨਮਕ ਥੋੜ੍ਹਾ ਜਿਹਾ ਖੁੱਲ੍ਹਾ ਹੀ ਪੈਣਾ ਜਿੰਨਾ ਤੁਸੀਂ ਕਰੇਲੇ ਲੈ ਰਹੇ ਹੋ। ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ 4 ਦੇ ਵਿੱਚ ਨਮਕ ਜਿਹੜਾ ਉਹ ਖੁੱਲ੍ਹਾ ਹੀ ਪੈਂਦਾ, ਆਪਾਂ ਇੱਥੇ 3-4 ਚਮਚ ਜਿਹੜੇ ਇਸਤੇਮਾਲ ਕਰ ਰਹੇ ਹਾਂ। ਅਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਜਿਹੜਾ ਤੇਲ, ਇਹ ਠੰਡਾ ਹੋ ਚੁੱਕਾ ਹੈ। ਅਤੇ ਇਹ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ। ਬੰਦੇ ਬੰਦੇ ਕਲਰ ਕਿੰਨਾ ਸੋਹਣਾ ਹੋ ਗਿਆ ਇਹਨਾਂ ਦਾ ਨਾ, ਇਹ ਅੱਜ ਖਾਦਾ ਜਾਊਗਾ ਜਾਂ ਹਜੇ ਟਾਈਮ ਲੱਗੂ ਉਹਨੂੰ ਖਾਣ? ਨਹੀਂ, ਇਹ ਖਾ ਹੁਣੇ ਸਕਦੇ ਆਪਾਂ, ਪਰ ਅਸਲ ਚਾਰ ਦਾ ਜਿਹੜਾ ਟੇਸਟ ਉਹ 3 ਦਿਨਾਂ ਬਾਅਦ ਆਉਂਦਾ। 2 ਦਿਨ ਇਹਨੂੰ ਆਪਾਂ ਧੁੱਪ ਲਵਾਵਾਂਗੇ। ਗੱਲ ਇਹ ਵੀ ਜਿਹੜੇ ਇਹਦੇ ਮਸਾਲੇ ਰਚਣ ਦੇ 2 ਦਿਨ ਲੱਗਦੇ ਆ, ਜਿਵੇਂ ਨਮਕ ਜਿਹੜਾ ਕਰੇਲਾ ਉਹ ਖਿੱਚ ਲੂਗਾ ਹਨਾ, ਸਾਰੇ ਮਸਾਲਿਆਂ ਦਾ ਟੇਸਟ ਲੈਣਾ ਵਾ, ਤੇ ਫਿਰ ਤੁਸੀਂ 3 ਦਿਨਾਂ ਬਾਅਦ ਇਸਤੇਮਾਲ ਕਰਨਾ। ਇਸ ਚਾਰ ਦੇ ਵਿੱਚ ਕਈ ਲੋਕ ਜਿਹੜਾ ਅੰਬ ਕੱਚਾ ਲੈ ਕੇ ਉਹਨੂੰ ਵੀ ਕੱਦੂਕਸ਼ ਕਰਕੇ ਪਾਉਂਦੇ ਆ, ਕਈ ਲੋਕ ਨਿੰਬੂ ਪਾਉਂਦੇ ਆ, ਤੇ ਆਪਾਂ ਵੀ ਜਿਹੜੀ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ 4-5 ਨਿੰਬੂਆਂ ਦਾ ਜਿਹੜਾ ਮੈਂ ਰਸ ਕੱਢ ਲਿਆ ਸੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ। ਤੇ ਜੇ ਤੁਸੀਂ ਇਹਨੂੰ ਥੋੜਾ ਲੰਬਾ ਟਾਈਮ ਰੱਖਣਾ ਵਾ ਫਿਰ ਤੁਸੀਂ ਇੱਥੇ ਵਿਨੇਗਰ ਯਾਨੀ ਕਿ ਜਿਹੜਾ ਸਿਰਕਾ ਹੁੰਦਾ ਉਹਦਾ ਇਸਤੇਮਾਲ ਕਰਨਾ, 2-4 ਚਮਚ ਇਹਦੇ ਵਿੱਚ ਉਹ ਪਾ ਲਿਓ ਤੁਸੀਂ ਥੋੜਾ ਜਿਹਾ ਗਰਮ ਕਰਕੇ। ਕਈ ਲੋਕ ਕੱਚਾ ਸਿਰਕਾ ਵੀ ਪਾਉਂਦੇ, ਜਿੱਦਾਂ ਤੁਸੀਂ ਪਾਉਣਾ ਪਸੰਦ ਕਰਦੇ ਹੋ ਤੁਸੀਂ ਪਾ ਕੇ ਇਹਦਾ ਚਾਰ ਬਣਾ ਸਕਦੇ ਹੋ। ਤੇ ਲਓ ਜੀ ਆਪਣਾ ਇਹ ਜਿਹੜਾ ਚਾਰ ਆ ਇਹ ਬਣ ਕੇ ਰੈਡੀ ਹੋ ਚੁੱਕਿਆ। ਤੇ ਇੱਥੇ ਆਪਾਂ ਤੁਹਾਡੇ ਕੋਲ ਮਾਫੀ ਚਾਹਾਂਗੇ, ਮੈਂ ਕਹੀ ਜਾਂਦੀ ਹਾਂ ਵੀ ਮੈਂ ਇੰਨੇ ਮਸਾਲੇ ਪਾਏ ਆ ਤੇ ਉਹਦੇ ਵਿੱਚ ਕੋਈ ਰੰਗਤ ਨਹੀਂ ਦਿਸਣ ਦੀ ਚਾਰ 'ਚ, ਤੇ ਇਹ ਜਿਹੜੇ ਆਪਾਂ ਦਰਦਰੇ ਮਸਾਲੇ ਕੁੱਟੇ ਸੀਗੇ ਇਹ ਪਾਉਣਾ ਹੀ ਭੁੱਲ ਗਏ ਆਪਾਂ, ਇਹਦੇ ਵਿੱਚ ਜੱਗ 'ਚ ਪੈ ਰਹਿ ਗਏ। ਇਹ ਵੀ ਆਪਾਂ ਇਹਦੇ 'ਤੇ ਪਾ ਦਿੰਦੇ ਹਾਂ, ਕੋਈ ਗੱਲ ਨਹੀਂ ਜੇ ਕਿਤੇ ਭੁੱਲ ਗਏ ਤੇ ਬਾਅਦ 'ਚ ਪਾ ਦਿਓ, ਇਹਨਾਂ ਨੂੰ ਆਪਾਂ ਮਿਕਸ ਹੀ ਕਰਨਾ, ਬਾਕੀ ਗਲਤੀ ਜਿਹੜੀ ਇਨਸਾਨ ਕੋਈ ਹੁੰਦੀ ਆ। ਸੋ ਉਹਦੀ ਆਪਾਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਅਤੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਆਪਾਂ ਵਿੱਚ ਮਿਕਸ ਕਰ ਦਿੰਦੇ ਹਾਂ। ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇੱਦਾਂ ਕੁਛ ਹੋ ਜਾਂਦਾ, ਜੇ ਕਈ ਕੁਛ ਭੁੱਲ ਜਾਈਦਾ ਕਿਸੇ ਵੇਲੇ ਫਿਰ ਦੁਬਾਰਾ ਪਾਈ ਦੀ ਆ ਕਿਸੇ ਵੇਲੇ ਕੋਈ ਚੀਜ਼। ਕੈਮਰੇ ਸਾਹਮਣੇ ਨਾ ਬੋਲਣਾ ਬਹੁਤ ਔਖਾ, ਤਾਂ ਹੀ ਮੈਂ ਕੈਮਰੇ ਦੇ ਪਿੱਛੇ ਪਿੱਛੇ ਬੋਲਦਾ ਰਹਿੰਦਾ, ਜਦੋਂ ਕੈਮਰਾ ਸਾਹਮਣੇ ਹੁੰਦਾ ਨਾ ਬੰਦੂਕ ਵਾਂਗੂ ਲੱਗਦਾ ਹੈ। ਬੋਲੋ ਹੌਲੀ ਹੌਲੀ ਆਦਤ ਪੈ ਜਾਂਦੀ ਹੈ। ਤੇ ਲਓ ਜੀ ਚਾਰ ਦੇ ਵਿੱਚ ਆਪਾਂ ਉਹ ਵੀ ਮਸਾਲੇ ਸਾਰੇ ਮਿਕਸ ਕਰ ਦਿੱਤੇ ਆ ਤੇ ਚਾਰ ਆਪਣਾ ਜਿਹੜਾ ਉਹ ਰੈਡੀ ਹੋ ਚੁੱਕਾ। ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਲੰਬੇ ਟਾਈਮ ਤੱਕ ਰੱਖਣਾ ਤੇ ਇਹਦੇ ਵਿੱਚ ਸਿਰਕੇ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜੇ ਤੁਹਾਨੂੰ ਲੱਗੇ 2 ਦਿਨਾਂ ਬਾਅਦ ਵੀ ਇਹਦੇ ਵਿੱਚ ਤੇਲ ਘੱਟ ਆ ਤਾਂ ਥੋੜ੍ਹਾ ਜਿਹਾ ਤੇਲ ਵੀ ਗਰਮ ਕਰਕੇ ਪਾ ਸਕਦੇ ਹੋ, ਕਿਉਂਕਿ ਕਈ ਲੋਕ ਜਿਹੜੇ ਆ ਚਾਰ ਆ ਥੋੜ੍ਹਾ ਤੇਲ ਵੱਧ ਵਾਲਾ ਖਾਂਦੇ, ਕਈ ਜਿਹੜਾ ਸੁੱਕਾ ਸੁੱਕਾ ਜਿਹਾ ਖਾਂਦੇ। ਆਪਾਂ ਇੱਦਾਂ ਦਾ ਤਿਆਰ ਕੀਤਾ, ਇਹਨੂੰ 2 ਦਿਨ ਆਪਾਂ ਧੁੱਪ ਲਵਾਵਾਂਗੇ। ਧੁੱਪ ਦੇ ਨਾਲ ਨਾਲ ਇਹਨੂੰ ਆਪਾਂ 2 ਦਿਨ ਥੋੜ੍ਹਾ ਥੋੜ੍ਹੀ ਦੇਰ ਬਾਅਦ ਹਿਲਾਉਂਦੇ ਵੀ ਰਹਿਣਾ ਤਾਂ ਕਿ ਜਿਹੜਾ ਚਾਰ ਆ ਉਹ ਖਰਾਬ ਨਾ ਹੋਵੇ। ਉਸ ਤੋਂ ਬਾਅਦ ਇਹਨੂੰ ਜਿਹੜਾ ਵਾ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਰੱਖਣਾ। ਡੱਬਾ ਤੁਸੀਂ ਕੋਈ ਵੀ ਲਓ, ਪਰ ਇਹਨਾਂ ਵੀ ਸਾਫ਼ ਡੱਬਾ ਲਿਓ ਜੇ, ਉਹਦੇ ਵਿੱਚ ਵੀ ਨਮੀ ਨਹੀਂ ਹੋਣੀ ਚਾਹੀਦੀ, ਚਾਹੇ ਡੱਬਾ ਜਿਹੜਾ ਉਹ ਗੰਦਾ ਨਹੀਂ ਹੋਣਾ ਚਾਹੀਦਾ, ਫਿਰ ਜਿਹੜਾ ਚਾਰ ਆ ਲੰਬੇ ਟਾਈਮ ਤੱਕ ਰਹੂਗਾ। ਤੇ ਲਓ ਜੀ ਆਪਣਾ ਇਹ ਚਟਪਟਾ ਤੇ ਤਿੱਖਾ ਕਰਾਰਾ ਤੇ ਨਾਲ ਥੋੜੀ ਜਿਹੀ ਕੜੱਤਣ ਵਾਲਾ ਚਾਰ ਜਿਹੜਾ ਬਣ ਚੁੱਕਾ ਹੈ। ਇਹਦੇ ਵਿੱਚ ਮੈਂ ਸਿਰਕੇ ਦਾ ਇਸਤੇਮਾਲ ਨਹੀਂ ਕਰ ਰਹੀ, ਕਿਉਂਕਿ ਸਾਡਾ ਜਿਹੜਾ ਚਾਰ ਆਪਾਂ ਥੋੜਾ ਜਿਹਾ ਬਣਾਇਆ ਵਾ ਇਹ ਜਲਦੀ ਹੀ ਖਾਧਾ ਜਾਣਾ ਵਾ, ਤੇ ਤੁਸੀਂ ਜਾਓ ਤੇ ਇਹਦੇ ਵਿੱਚ ਸਿਰਕੇ ਦਾ ਇਸਤੇਮਾਲ ਕਰ ਸਕਦੇ ਹੋ। ਸੋ ਹੁਣ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਕਰੇਲਾ ਚਾਰ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ। ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਜੇ, ਕਿਉਂਕਿ ਮੈਨੂੰ ਬਹੁਤ ਦੇਰ ਦੀ ਰਿਕੁਐਸਟ ਆ ਰਹੀ ਸੀ ਭੈਣਾਂ ਦੀ ਕਿ ਮੈਡਮ ਕਰੇਲੇ ਦਾ ਚਾਰ ਬਣਾ ਕੇ ਦੱਸੋ, ਕਰੇਲੇ ਦਾ ਚਾਰ ਬਣਾ ਕੇ ਦੱਸੋ। ਸੋ ਇੰਨੀਆਂ ਭੈਣਾਂ ਹੁੰਦੀਆਂ, ਉਹਨਾਂ ਦੀ ਡਿਮਾਂਡ ਹੌਲੀ 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 ਆਪਾਂ ਪੂਰੀ ਕਰਦੇ ਹਾਂ, ਕਿਉਂਕਿ ਇੱਕਦਮ ਕਈ ਭੈਣਾਂ ਜਿਹੜੀਆਂ ਕਾਹਲੀਆਂ ਵੀ ਪੈ ਜਾਂਦੀਆਂ, ਮੈਡਮ ਜੀ ਅਸੀਂ ਕਦੋਂ ਦੇ ਕਹਿ ਰਹੇ ਤੁਹਾਨੂੰ। ਪਰ ਜਿਵੇਂ ਟਾਈਮ ਲੱਗਦਾ ਆਪਾਂ ਟਾਈਮ ਦੇ ਅਕੋਰਡਿੰਗ ਜਿਹੜੀ ਦਿਮਾਗ ਦੇ ਵਿੱਚ ਰੱਖਦੇ ਹੁੰਦੇ ਗੱਲ ਵੀ ਕਿਹੜੀ ਆਪਾਂ ਨੂੰ ਫਰਮਾਇਸ਼ ਆਈ ਉਹ ਆਪਾਂ ਜ਼ਰੂਰ ਬਣਾਉਂਦੇ ਹਾਂ। ਸੋ ਜਿਨ੍ਹਾਂ ਭੈਣਾਂ ਦੀ ਅੱਜ ਇਹ ਡਿਮਾਂਡ ਪੂਰੀ ਹੋ ਗਈ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ, ਅਤੇ ਦੂਜੀਆਂ ਭੈਣਾਂ ਜਿਹੜੀਆਂ ਕੁਛ ਹੋਰ ਵੱਖਰਾ ਚਾਹੁੰਦੀਆਂ ਨੇ ਕਿ ਸਾਨੂੰ ਮੈਡਮ ਦੀ ਆਹ ਬਣਾ ਕੇ ਦੱਸੋ, ਉਹ ਵੀ ਕਮੈਂਟ ਕਰਕੇ ਦੱਸਿਓ ਕਿ ਆਪਾਂ ਤੁਹਾਡੇ ਵਾਸਤੇ ਕੀ ਬਣਾਈਏ। ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ, ਅਤੇ ਜਿਹੜੇ ਮੇਰੇ ਚੈਨਲ 'ਤੇ ਅਜੇ ਨਵੇਂ ਆਏ ਨੇ ਉਹਨਾਂ ਨੇ ਰਿਕੁਐਸਟ ਆ ਜੀ ਮੇਰੇ ਚੈਨਲ ਬਲੌਗਰ ਨੂੰ ਸਬਸਕ੍ਰਾਈਬ
मिलते हैं नेक्स्ट वीडियो तब तक लिए बाय।